ਕਨੈਕਟ ਐਫ ਐਮ 95.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਮੈਂ ਹਾਂ ਵਿਜੇ ਸੈਣੀ ਅਤੇ ਜਿਵੇਂ ਖਬਰਾਂ ਦੇ ਬੁਲੇਟਿਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਮੁਹੰਮਦ ਹਨੀਫ ਸਾਹਿਬ। ਮੁਹੰਮਦ ਹਨੀਫ ਜਰਨਲਿਜ਼ਮ ਅਤੇ ਰਾਈਟਿੰਗ ਦੇ ਖਿੱਤੇ ਵਿੱਚ ਇੱਕ ਬਹੁਤ ਹੀ ਸਤਿਕਾਰਤ ਨਾਮ ਹੈ। ਹਨੀਫ ਸਾਹਿਬ ਦਾ ਜਨਮ ਓਕਾਰਾ ਪਾਕਿਸਤਾਨ ਵਿੱਚ ਹੋਇਆ ਸੀ ਅਤੇ ਪਾਕਿਸਤਾਨ ਦੀ ਏਅਰਫੋਰਸ ਅਕੈਡਮੀ ਤੋਂ ਬਤੌਰ ਫਾਈਟਰ ਪਾਇਲਟ ਉਹ ਗ੍ਰੈਜੂਏਟ ਹੋਏ, ਪਰ ਕੁਝ ਸਾਲ ਮਗਰੋਂ ਜਰਨਲਿਜ਼ਮ ਦੇ ਖੇਤਰ ਵਿੱਚ ਆ ਗਏ। ਉਹਨਾਂ ਨੇ ਹੁਣ ਤੱਕ ਅੰਗਰੇਜ਼ੀ ਵਿੱਚ 3 ਨੋਵਲ ਲਿਖੇ ਨੇ ਅਤੇ ਆਪਣੀਆਂ ਰਾਈਟਿੰਗਸ ਲਈ ਉਹਨਾਂ ਨੇ ਜਿੱਥੇ ਕਈ ਅਵਾਰਡਸ ਤਾਂ ਜਿੱਤੇ ਹੀ ਨੇ, ਉੱਥੇ ਹੀ ਕਰੋੜਾਂ ਦੀ ਗਿਣਤੀ ਵਿੱਚ ਪਾਠਕਾਂ ਦੇ ਦਿਲ ਵੀ ਜਿੱਤੇ ਨੇ। ਲੰਡਨ ਵਿੱਚ ਬੀ ਬੀ ਸੀ ਉਰਦੂ ਦੇ ਹੈੱਡ ਵੀ ਰਹਿ ਚੁੱਕੇ ਨੇ। ਨਿਊਯਾਰਕ ਟਾਈਮਸ, ਦ ਡੇਲੀ ਟੈਲੀਗ੍ਰਾਫ ਅਤੇ ਦ ਵਾਸ਼ਿੰਗਟਨ ਪੋਸਟ ਜਿਹੇ ਅੰਤਰਰਾਸ਼ਟਰੀ ਅਖਬਾਰਾਂ ਵਿੱਚ ਉਹਨਾਂ ਦੇ ਕੋਲਮਸ ਰੈਗੂਲਰਲੀ ਛਪਦੇ ਨੇ। ਬੀ ਬੀ ਸੀ ਦੀ ਪੰਜਾਬੀ ਸੇਵਾ ਨਾਲ ਵੀ ਮੁਹੰਮਦ ਹਨੀਫ ਜੀ ਦਾ ਸੰਬੰਧ ਹੈ ਅਤੇ ਬੀ ਬੀ ਸੀ ਪੰਜਾਬੀ 'ਤੇ ਸਮੇਂ ਸਮੇਂ ਸਿਰ ਭਖਦੇ ਅਤੇ ਲੋਕ ਰੁਚੀ ਵਾਲੇ ਮਸਲਿਆਂ ਉੱਪਰ ਉਹਨਾਂ ਦੀਆਂ ਕਈ ਵੀਡੀਓਜ਼ ਪੋਸਟ ਕੀਤੀਆਂ ਜਾਂਦੀਆਂ ਨੇ, ਜਿਹੜਾ ਕਿ ਮੈਨੂੰ ਪਤਾ ਕਿ ਸਾਡੇ ਸੁਣਨ ਵਾਲਿਆਂ ਵਿੱਚੋਂ ਇੱਕ ਵੱਡੀ ਗਿਣਤੀ ਹੈ ਜਿਹੜੀ ਕਿ ਹਨੀਫ ਸਾਹਿਬ ਦੀਆਂ ਇਹਨਾਂ ਵੀਡੀਓਜ਼ ਦਾ ਇੰਤਜ਼ਾਰ ਕਰਦੀ ਹੈ ਅਤੇ ਉਹਨਾਂ ਵੀਡੀਓਜ਼ ਨੂੰ ਆਪਸ ਦੇ ਵਿੱਚ ਸ਼ੇਅਰ ਕਰਦੇ ਨੇ, ਕਿਉਂਕਿ ਉਹਨਾਂ ਦੀ ਜੋ ਟਕੋਰ ਕੀਤੀ ਹੁੰਦੀ ਹੈ ਨਾ ਵੀਡੀਓਜ਼ 'ਚ, ਉਹ ਲੋਕਾਂ ਨੂੰ ਬੜੀ ਦਿਲਚਸਪ ਲੱਗਦੀ ਆ। ਮੁਹੰਮਦ ਹਨੀਫ ਦੀ ਲੇਖਣੀ ਵਿੱਚ ਜਿੱਥੇ ਸੰਜੀਦਾ ਵਿਸ਼ਿਆਂ ਨੂੰ ਕ੍ਰਿਟੀਕਲ ਨਜ਼ਰ ਨਾਲ ਵੇਖਿਆ ਜਾਂਦਾ ਹੈ, ਉਹਨਾਂ ਦੀ ਪੜਚੋਲ ਕੀਤੀ ਜਾਂਦੀ ਆ, ਉੱਥੇ ਹੀ ਭਰਪੂਰ ਵਿਅੰਗ ਅਤੇ ਸਮਾਜਿਕ ਵਰਤਾਰੇ ਉੱਪਰ ਕਰਾਰੀਆਂ ਸੱਟਾਂ ਇਸ ਅੰਦਾਜ਼ ਵਿੱਚ ਮਾਰੀਆਂ ਹੁੰਦੀਆਂ ਨੇ ਕਿ ਕੁਝ ਸਾਲ ਪਹਿਲਾਂ ਬਣੇ ਇੱਕ ਮਸ਼ਹੂਰ ਕਮਰਸ਼ੀਅਲ ਦੀ ਟੈਗਲਾਈਨ ਚੇਤੇ ਆ ਜਾਂਦੀ ਹੈ ਕਿ ਜ਼ੋਰ ਕਾ ਝਟਕਾ ਧੀਰੇ ਸੇ ਲਗੇ। ਉਹਨਾਂ ਦੀਆਂ ਤਿੱਖੀਆਂ ਆਬਜ਼ਰਵੇਸ਼ਨਸ ਕਿਸੇ ਲਈ ਭਾਵੇਂ ਚੁਭਵੇਂ ਕੰਢੇ ਹੋਣ, ਪਰ ਇੱਕ ਵੱਡੀ ਗਿਣਤੀ ਵਾਸਤੇ ਐਕੂਪੰਚਰ ਵਾਲੀਆਂ ਸੂਈਆਂ ਨੇ ਜੋ ਸਹੀ ਥਾਂ 'ਤੇ ਲੱਗ ਕੇ ਦਰਦ ਤੋਂ ਨਿਜਾਤ ਦਿਵਾਉਂਦੀਆਂ ਨੇ। ਇਸ ਵੇਲੇ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਮੁਹੰਮਦ ਹਨੀਫ ਸਾਹਿਬ ਮੌਜੂਦ ਹਨ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਨੀਫ ਸਾਹਿਬ, ਅਸਲਾਮ ਅਲੈਕੁਮ ਅਤੇ ਕਨੈਕਟ ਐਫ ਐਮ ਦੀਆਂ ਹਵਾਈ ਤਰੰਗਾਂ 'ਤੇ ਤੁਹਾਡਾ ਸਵਾਗਤ ਹੈ। ਜੀ ਹਨੀਫ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਏਅਰਫੋਰਸ ਵਿੱਚ ਲੜਾਕੂ ਜਹਾਜ਼ ਦੇ ਪਾਇਲਟ ਤੋਂ ਜਰਨਲਿਜ਼ਮ ਅਤੇ ਫਿਰ ਲਫ਼ਜ਼ਾਂ ਨੂੰ ਇੱਕ ਨਵੀਂ ਉਡਾਰੀ ਦੇਣ ਦਾ ਇਹ ਸਿਲਸਿਲਾ ਕਿੱਥੋਂ ਸ਼ੁਰੂ ਹੋਇਆ? ਔਖਾ ਕੰਮ ਨਹੀਂ, ਮੈਂ ਛੋਟਾ ਜਿਹਾ ਸਾ, ਆਪਣਾ ਫੌਜ ਭਰਤੀ ਹੋ ਗਿਆ, ਛੋਟੇ ਜਿਹੇ ਪਿੰਡ ਚ ਰਹਿੰਦੇ ਸੀ। ਤੁਹਾਨੂੰ ਪਤਾ ਪਿੰਡਾਂ ਦਾ ਮਾਹੌਲ, ਤੁਹਾਡੀ ਛੋਟੀ ਉਮਰ ਦੇ ਲੱਗਦੇ ਅਸੀਂ ਜਮਾਨੇ ਸਾਂ, ਉਸ ਜਮਾਨੇ ਚ ਪਿੰਡ ਚ ਨਾ ਟੀਵੀ ਹੁੰਦਾ ਸੀ, ਨਾ ਇੰਟਰਨੈਟ ਹੁੰਦਾ ਸੀ, ਨਾ ਕੁਛ ਹੁੰਦਾ ਸੀ, ਤੇ ਪਿੰਡ ਦੀ ਜ਼ਿੰਦਗੀ ਵੈਸੇ ਤਾਂ ਬੜੀ ਰੋਮਾਂਟਿਕ ਲੱਗਦੀ, ਲੇਕਿਨ ਉਹ ਟੀਨੇਜਰ ਆਪੇ ਕੁੜੀ ਦੀ ਬੋਰ ਬੋਰਿੰਗ ਵੀ ਹੁੰਦੀ, ਮੱਛਾਂ ਗਾਵਾਂ ਬੱਕਰੀਆਂ ਤੇ ਪੈਰੀਆਂ, ਰਾਤ ਨੂੰ 7 ਵਜੇ ਸੌਂ ਜਾਓ, ਤੇ ਸਾਡਾ ਦਿਲ ਕਰਦਾ ਸੀ ਕਿ ਬਾਹਰ ਜਾਈਏ, ਜ਼ਿੰਦਗੀ ਚ ਐਡਵੈਂਚਰ ਹੋਵੇ। ਅਖਬਾਰ ਚ ਕਿਤੇ ਇਸ਼ਤਿਹਾਰ ਵੇਖ ਲਿਆ, ਫੌਜ ਭਰਤੀ ਹੋ ਗਈ, ਤੇ ਉਹਦੇ ਚ ਭਰਤੀ ਹੋ ਗਏ, ਉਹ ਭਰਤੀ ਦਾ ਸਿਸਟਮ ਵੀ ਉਹ ਖਰਾਬ ਨੀ ਹੋਣਾ, ਉਹਨਾਂ ਨੇ ਸਾਡੇ ਵਰਗਿਆਂ ਨੂੰ ਭਰਤੀ ਕਰ ਲਿਆ, ਤੇ ਉੱਥੇ ਜਾ ਕੇ ਪਤਾ ਲੱਗਾ ਕਿ ਵੀ ਜਿਹੜੀ ਆਜ਼ਾਦੀ ਛੱਪਣ ਅਸੀਂ ਆਏ ਸਾਂ ਉਹ ਤੇ ਇੱਥੇ ਕੋਈ ਨੀ, ਉਹ ਤੇ ਜ਼ਿਆਦਾ ਸਖ਼ਤ ਜ਼ਿੰਦਗੀ ਹੈ, ਜ਼ਿਆਦਾ ਮੁਸ਼ਕਿਲ ਜ਼ਿੰਦਗੀ ਹੈ। ਉੱਥੇ ਖੈਰ ਟਾਈਮ ਗੁਜ਼ਾਰਿਆ ਤੇ ਉਸਨੂੰ, ਲੇਕਿਨ ਜਾਂਦੇ ਹੀ ਪਤਾ ਲੱਗ ਗਿਆ ਸੀ ਕਿ ਇੱਥੇ ਦਿਲ ਜਿਹੜਾ ਹੈ ਨਾ ਨਹੀਂ ਲੱਗਣਾ ਸਾਡਾ, ਤੇ ਹੋਰ ਕੋਈ ਕੰਮ ਲੱਭਣਾ ਪੈਣਾ। ਉਹਦੇ ਚ ਇੱਕ ਸਿਰਫ ਇਹ ਸੀ ਕਿ ਮੈਨੂੰ ਲੱਗਦਾ ਜੀ ਟੈਲੀਫੋਨ ਲਾਈਨ ਡਿਸਕਨੈਕਟ ਹੋ ਗਈ ਹੈ, ਮੈਂ ਫਰੰਟ ਡੈਸਕ ਨੂੰ ਗੁਜ਼ਾਰਿਸ਼ ਕਰਾਂਗਾ ਕਿ ਹਨੀਫ ਸਾਹਿਬ ਨਾਲ ਫੋਨ ਦੁਬਾਰਾ ਤੋਂ ਮਿਲਾਇਆ ਜਾਵੇ। ਟੈਲੀਫੋਨ ਲਾਈਨ ਡਿਸਕਨੈਕਟ ਹੋ ਗਈ ਹੈ, ਸੋ ਇਸ ਵੇਲੇ ਫਰੰਟ ਡੈਸਕ ਵੱਲੋਂ ਦੁਬਾਰਾ ਤੋਂ ਕਨੈਕਸ਼ਨ ਜੋੜਿਆ ਜਾ ਰਿਹਾ। ਇਸ ਵੇਲੇ ਗੱਲਬਾਤ ਇਹ ਜਿਹੜੀ ਚੱਲ ਰਹੀ ਸੀ ਮੁਹੰਮਦ ਹਨੀਫ ਦੇ ਨਾਲ, ਇਹ ਗੱਲ ਚੱਲ ਰਹੀ ਸੀ ਜਿਸ ਦੇ ਵਿੱਚ ਉਹਨਾਂ ਨੂੰ ਮੈਂ ਪਹਿਲਾਂ ਇਹੋ ਪੁੱਛਿਆ ਵੀ ਤੁਸੀਂ ਫਾਈਟਰ ਪਾਇਲਟ ਸੀ, ਫਾਈਟਰ ਪਾਇਲਟ ਤੋਂ ਜਰਨਲਿਜ਼ਮ ਦਾ ਅਤੇ ਫਿਰ ਰਾਈਟਿੰਗ ਦਾ ਸਫ਼ਰ ਕਿਵੇਂ ਹੋਇਆ? ਅਤੇ ਉਹਨਾਂ ਨੇ ਜੋ ਉਹਨਾਂ ਦਾ ਅੰਦਾਜ਼ ਹੈ ਬਿਲਕੁਲ ਸਿਗਨੇਚਰ ਮੁਹੰਮਦ ਹਨੀਫ ਸਟਾਈਲ, ਉਸਦੇ ਵਿੱਚ ਉਹਨਾਂ ਨੇ ਇਹੋ ਗੱਲ ਦੱਸੀ, ਕਹਿੰਦੇ ਕਿ ਅਸੀਂ ਇਸ਼ਤਿਹਾਰ ਵੇਖਿਆ ਅਤੇ ਛੋਟਾ ਸੀਗਾ ਮੈਂ ਉਸ ਵੇਲੇ ਜਾ ਕੇ ਏਅਰਫੋਰਸ ਭਰਤੀ ਹੋ ਗਿਆ, ਕਹਿੰਦੇ ਹੁਣ ਤੁਹਾਨੂੰ ਏਅਰਫੋਰਸ ਦਾ ਵੀ ਹਿਸਾਬ ਲਾ ਲਓ ਜਿਹਨਾਂ ਨੇ ਸਾਡੇ ਵਰਗਿਆਂ ਨੂੰ ਭਰਤੀ ਕਰ ਲਿਆ। ਸੋ ਆਪਣੇ ਉੱਪਰ ਵੀ ਉਹ ਨਾਲ ਦੀ ਨਾਲ ਇਸੇ ਤਰ੍ਹਾਂ ਟਕੋਰ ਕਰਦੇ ਰਹਿੰਦੇ ਨੇ। ਅਤੇ ਇੱਕ ਜਿਹੜੀ ਗੱਲ ਮੈਨੂੰ ਬੜੀ ਇੰਪ੍ਰੈਸ ਕਰਦੀ ਹੈ, ਜਿਹੜੀ ਇੱਕ ਇੰਸਪੀਰੇਸ਼ਨ ਵੀ ਆ, ਅਜਿਹੇ ਲੋਕਾਂ ਦੀ ਗਿਣਤੀ ਨਾ ਬਹੁਤ ਘੱਟਦੀ ਜਾ ਰਹੀ ਹੈ ਜਿਨ੍ਹਾਂ ਦੀ 3 ਭਾਸ਼ਾਵਾਂ ਦੇ ਉੱਪਰ ਮੁਹਾਰਤ ਬੜੀ ਜ਼ਬਰਦਸਤ ਹੋਵੇ, ਜਿਹਦੇ ਵਿੱਚ ਖੇਤਰੀ ਭਾਸ਼ਾ ਪੰਜਾਬੀ, ਪਾਕਿਸਤਾਨ ਦੇ ਕੇਸ ਵਿੱਚ ਜਿਹੜੀ ਕੌਮੀ ਭਾਸ਼ਾ ਉਰਦੂ, ਅਤੇ ਫਿਰ ਜਿਹੜੀ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ। ਹਨੀਫ ਸਾਹਿਬ ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਦੀ 3 ਭਾਸ਼ਾਵਾਂ ਦੇ ਉੱਪਰ ਪਕੜ ਬੜੀ ਜ਼ਬਰਦਸਤ ਹੈ, ਮਜ਼ਬੂਤ ਹੈ, ਜਿਵੇਂ ਤੁਸੀਂ ਸੁਣ ਰਹੇ ਉਹਨਾਂ ਦੀ ਗੱਲਬਾਤ ਪੰਜਾਬੀ ਦੇ ਵਿੱਚ। ਅਤੇ ਇਸ ਵੇਲੇ ਦੁਬਾਰਾ ਲਾਈਨ ਕਨੈਕਟ ਹੋ ਚੁੱਕੀ ਹੈ, ਉਹਨਾਂ ਨਾਲ ਫਿਰ ਤੋਂ ਗੱਲ ਸ਼ੁਰੂ ਕਰਦੇ ਹਾਂ। ਜੀ ਹਨੀਫ ਸਾਹਿਬ, ਮੁਆਫੀ ਚਾਹੁੰਦੇ ਹਾਂ, ਜਿਹੜੀ ਲਾਈਨ ਹੈ ਡਿਸਕਨੈਕਟ ਹੋ ਗਈ ਸੀ,
ਸੋ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਜਦੋਂ ਏਅਰਫੋਰਸ ਦੇ ਵਿੱਚ ਭਰਤੀ ਹੋਏ ਤੇ ਉਸ ਤੋਂ ਬਾਅਦ ਫਿਰ ਜਰਨਲਿਜ਼ਮ ਦਾ ਰੁਖ ਕਿੱਦਾਂ ਹੋਇਆ? ਹਾਂ, ਬਸ ਉੱਥੇ ਇਸ ਲਈ ਕਿ ਉੱਥੇ ਕਿਤਾਬਾਂ ਬਹੁਤ ਹੁੰਦੀਆਂ ਸੀ, ਠੀਕ ਹੈ ਨਾ, ਉਹ ਬੰਦਾ ਫੌਜ ਕਿਤਾਬਾਂ ਪੜ੍ਹਨ ਤੇ ਨਹੀਂ ਜਾਂਦਾ, ਲੇਕਿਨ ਉੱਥੇ ਜਾ ਕੇ ਕਿਤਾਬਾਂ ਪੜ੍ਹਨ ਦਾ ਚਸਕਾ ਲੱਗ ਗਿਆ, ਕਿਉਂਕਿ ਸਾਡੇ ਪਿੰਡ ਕਿਤਾਬਾਂ ਨਹੀਂ ਸੀ ਹੁੰਦੀਆਂ, ਠੀਕ ਹੈ ਨਾ, ਪੜ੍ਹਨ ਲਿਖੇ ਲੋਕ ਨਹੀਂ ਸਨ, ਸਾਡੇ ਖਾਨਦਾਨ ਵਾਲੇ ਨਾ ਬਾਹਰ ਵਾਲੇ ਕੋਈ, ਉੱਥੇ ਕਿਤਾਬਾਂ ਉੱਥੋਂ ਮਤਲਬ ਮੇਰਾ ਖਿਆਲ ਥੋੜਾ ਜਿਹਾ ਅੰਦਾਜ਼ਾ ਹੋਇਆ ਕਿ ਵੀ ਇਹ ਜਿਹੜੀ ਤਬੀਅਤ ਜ਼ਿਆਦਾ ਫੌਜੀ ਨਹੀਂ ਹੈ, ਪੜ੍ਹਨ ਲਿਖਣ ਦਾ ਜ਼ਿਆਦਾ ਸ਼ੌਕ ਹੈ ਜੀ, ਮਤਲਬ ਜ਼ਿਆਦਾ ਜਿਹੜਾ ਪੜ੍ਹਦਾ ਮੇਰਾ ਖਿਆਲ ਉਹਨੂੰ ਫਿਰ ਐਵੇਂ ਉਹ ਵੀ ਹੋ ਜਾਂਦਾ ਕਿ ਮੈਂ ਵੀ ਧਰਮ ਜਿਹਾ ਬਣ ਜਾਂਦਾ ਕਿ ਮੈਂ ਵੀ ਲਿਖਾਂਗਾ ਇੱਕ ਦਿਨ, ਪਬਲਿਸ਼ ਹੋਇਆ ਸੀ 2009 ਕਾਮਨਵੈਲਥ ਬੁੱਕ ਪ੍ਰਾਈਜ਼ ਉਸ ਨੋਵਲ ਨੇ ਜਿੱਤਿਆ, ਤੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਨਰਲ ਜ਼ਿਆਉਲ ਹੱਕ ਦੀ ਪਲੇਨ ਕ੍ਰੈਸ਼ ਹੋਈ ਮੌਤ ਉੱਪਰ ਇਹ ਨੋਵਲ ਆਧਾਰਿਤ ਸੀ। ਹਾਲਾਂਕਿ ਨੋਵਲ ਛਪਿਆ 2008 ਦੇ ਵਿੱਚ, 12 ਵਰੇ ਹੋ ਗਏ ਨੇ, ਉਸ ਤੋਂ ਬਾਅਦ ਹੁਣ ਕੁਝ ਸਮੇਂ ਪਹਿਲਾਂ, ਕੁਝ ਮਹੀਨੇ ਪਹਿਲਾਂ ਹੀ ਇਸ ਦਾ ਉਰਦੂ ਤਰਜਮਾ ਰਿਲੀਜ਼ ਕੀਤਾ ਗਿਆ, ਪਰ ਉਸ ਮਗਰੋਂ ਇਹ ਨੋਵਲ ਕੰਟਰੋਵਰਸੀ ਦੇ ਵਿੱਚ ਬੜਾ ਫਸ ਗਿਆ, ਬਵੰਡਰ ਖਾਸਾ ਮੱਚ ਗਿਆ ਇਹਨੂੰ ਲੈ ਕੇ, ਤੁਹਾਡੇ ਉਰਦੂ ਪਬਲਿਸ਼ਰ ਦੇ ਦਫ਼ਤਰ 'ਤੇ ਛਾਪਾ ਵੱਜਿਆ ਅਤੇ ਤੁਹਾਨੂੰ ਡੈਫੀਮੇਸ਼ਨ ਦਾ ਨੋਟਿਸ ਭੇਜਿਆ ਗਿਆ। ਓਰਿਜਨਲ ਨੋਵਲ ਛਪਣ ਦੇ 12 ਸਾਲ ਮਗਰੋਂ ਇੰਨਾ ਮਸਲਾ ਕਿਉਂ? ਦੇਖੋ ਸਰ, ਸਾਡਾ ਇੱਕ ਕਲਚਰ ਹੈ, ਅਸੀਂ ਆਪਣਾ ਜਿਹੜੀ ਗੱਲ ਆਪਣੀ ਜ਼ਬਾਨ 'ਚ ਕਰ ਸਕਦੇ ਹਾਂ ਉਹ ਜਿਹੜੀ ਨਹੀਂ ਕਰ ਸਕਦੇ ਦੂਸਰੀ ਜ਼ਬਾਨ 'ਚ ਕਰ ਲੈਂਦੇ ਹਾਂ, ਤੇ ਮੈਨੂੰ ਤਾਂ ਕੋਈ ਮਸਲਾ ਨਹੀਂ ਹੋਇਆ, ਮੈਂ ਇੱਥੇ 10-11 ਸਾਲ ਤੋਂ ਜਦੋਂ ਦਾ ਨਾਵਲ ਆਇਆ ਮੈਂ ਇੱਥੇ ਹੀ ਰਹਿ ਰਿਹਾ ਪਾਕਿਸਤਾਨ 'ਚ, ਲੋਕਾਂ ਨੇ ਬੜਾ ਪਸੰਦ ਕੀਤਾ, ਖਾਸ ਤੌਰ ਤੇ ਨੌਜਵਾਨਾਂ ਨੇ ਬੜਾ ਪਸੰਦ ਕੀਤਾ, ਮੇਰਾ ਖਿਆਲ ਸੀ ਕਿ ਸਾਰਾ ਮਸਲਾ ਹੱਲ ਹੋ ਗਿਆ, ਲੇਕਿਨ ਇੱਕ ਪਬਲਿਸ਼ਰ ਵੱਡਾ ਇੱਥੇ ਦਾ, ਉਹਨੇ ਕਿਹਾ ਕਿ ਇੱਥੇ ਕੋਈ ਐਸੇ ਲੋਕ ਵੀ ਨੇ ਤੇ ਅਗਰ ਉਹਨਾਂ ਨੂੰ ਤੁਸੀਂ ਕੁਝ ਜ਼ੋਰ ਮਾਰੋ ਨਾ ਜਾਂ ਲਤੀਫਾ ਸੁਣਾਓ ਤਾਂ ਉਹਨੂੰ 10 ਸਾਲ ਬਾਅਦ ਸਮਝ ਆਉਂਦਾ, ਮੇਰਾ ਖਿਆਲ ਉਹ ਉਲਝ ਹੀ ਤਰਜਮਾ ਹੋਇਆ, ਲੋਕਾਂ ਨੂੰ 10 ਸਾਲ ਬਾਅਦ ਸਮਝ ਆਈ, ਡਿਫਾਮੇਸ਼ਨ ਨੋਟਿਸ ਵੀ ਮਿਲਿਆ, ਉਹਦਾ ਮਤਲਬ ਇਹ ਹੀ ਸੀ ਨੋਟਿਸ ਦਾ ਕਿ ਵੀ ਤੁਸੀਂ, ਹਾਲਾਂਕਿ ਮੈਂ ਕੋਈ ਉਹਦੇ 'ਚ ਕਿਸੇ ਦੀ ਬੇਇੱਜ਼ਤੀ ਨਹੀਂ ਕੀਤੀ, ਇੱਕ ਨਾਵਲ ਹੈ, ਇੱਕ ਲਵ ਸਟੋਰੀ ਹੈ, ਇੱਕ ਪਿਆਰ ਦੀ ਕਹਾਣੀ ਹੈ, ਨਾਵਲ ਬੰਦਾ ਜਿਹੜਾ ਉਹ ਗੁੱਸੇ ਜਾ ਕੇ ਨਹੀਂ ਲਿਖਦਾ, ਗੁੱਸੇ ਜਾ ਕੇ ਮੈਂ ਸਾਬਤ ਕਰ ਲਿਆ, ਕਦੀ ਕਦੀ ਗੁੱਸੇ 'ਚ ਤੁਸੀਂ ਆ ਜਾਓ ਕਰ ਲੈਂਦੇ, ਨਾਵਲ ਤੇ ਬੜਾ ਲੰਮਾ ਕੰਮ ਹੁੰਦਾ ਨਾ ਜੀ, ਉਹਦੇ ਵਿੱਚ ਬੰਦਾ ਪਿਆਰ ਨਾਲ ਬੈਠ ਕੇ ਸੋਚ ਕੇ ਲਿਖਦਾ, ਉਹਦੇ ਵਿੱਚ ਕਿਸੇ ਦੀ ਕੋਈ ਬੇਇੱਜ਼ਤੀ ਨਹੀਂ ਹੋਈ, ਲੇਕਿਨ ਉਹਨਾਂ ਨੂੰ ਇੰਜ ਲੱਗਾ ਕਿ ਬਈ ਸਾਡੇ ਪਿਓ ਦੀ ਬੇਇੱਜ਼ਤੀ ਪਹਿਲੇ ਤੇ ਅੰਗਰੇਜ਼ੀ 'ਚ ਹੋਈ ਸੀ, ਉਹਦੇ ਵਿੱਚ ਸਾਨੂੰ ਕੋਈ ਮਸਲਾ ਨਹੀਂ, ਹੁਣ ਬੇਇੱਜ਼ਤੀ ਉਰਦੂ 'ਚ ਆ ਗਈ ਤੇ ਸਾਨੂੰ ਪਸੰਦ ਨਹੀਂ, ਤੇ ਇਸ ਲਈ ਉਹਨਾਂ ਨੇ ਕੁਛ ਥੋੜਾ ਜਿਹਾ ਤੰਗ ਕੀਤਾ ਪਬਲਿਸ਼ਰਾਂ ਨੂੰ, ਕਿਤਾਬਾਂ ਦੀ ਦੁਕਾਨਾਂ ਤੇ ਵੀ ਛਾਪੇ ਮਾਰ ਕੇ ਉੱਥੋਂ ਵੀ ਕਿਤਾਬਾਂ ਚੁੱਕ ਕੇ ਲੈ ਗਏ ਜੀ, ਜਿਹੜੀ ਕਿ ਗਲਤ ਗੱਲ ਨਹੀਂ ਕਰਨਾ ਚਾਹੀਦਾ ਸੀ, ਜਿਹੜੀ ਸ਼ੈ ਪਈ ਹੈ ਤੁਸੀਂ ਉਹਦਾ ਤਰੀਕਾ ਉਹਦੇ ਮੁਕਾਬਲੇ ਦੇ ਕਿਤਾਬ ਲਿਖਦੇ ਹੋ ਜਾਂ ਕੇਸ ਹੀ ਕਰ ਲਓ, ਕੇਸ ਤਾਂ ਠੀਕ ਹੈ ਗੱਲ, ਠੀਕ ਹੈ ਤੁਸੀਂ ਅਦਾਲਤ ਚਲੇ ਜਾਓ, ਤੁਹਾਨੂੰ ਲੱਗੇ ਕਿ ਤੁਹਾਡੇ ਨਾਲ ਕੋਈ ਉਤਰਾਅ ਹੋਇਆ, ਤੇ ਇਹ ਛਾਪੇ ਛਾਪੇ ਮਾਰਨਾ ਇਹ ਮਤਲਬ ਮੇਰਾ ਖਿਆਲ ਇਹ ਨਹੀਂ ਸੀ ਉਹਨਾਂ ਨੂੰ ਕਰਨਾ ਚਾਹੀਦਾ। ਮੈਨੂੰ ਹਨੀਫ ਸਾਹਿਬ ਇੱਕ ਗੱਲ ਜ਼ਰੂਰ ਇਹ ਦੱਸਿਓ ਕਿ ਕਿਉਂਕਿ ਜਿਹੜੀ ਇਹ ਕਿਤਾਬ ਤੁਸੀਂ ਲਿਖੀ, ਇਹ ਮਿਲਟਰੀ ਜਨਰਲ ਜਿਹੜੇ ਕਿ ਡਿਕਟੇਟਰਸ਼ਿਪ ਵੱਲ ਆ ਗਏ ਸੀ ਉਹਨਾਂ ਦੇ ਫੌਤ ਹੋਣ ਬਾਰੇ ਇਹ ਨੋਵਲ, ਉਹਦੇ ਉੱਪਰ ਉਸ ਕਹਾਣੀ ਉੱਪਰ ਆਧਾਰਿਤ ਹੈ। ਹੁਣ ਜਦੋਂ ਪਾਕਿਸਤਾਨ ਦੇ ਵਿੱਚ ਪਿਛਲੇ 12 ਵਰ੍ਹਿਆਂ ਤੋਂ ਡੈਮੋਕ੍ਰੇਸੀ ਹੈ, ਅਤੇ ਇਸ ਵੇਲੇ ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ਹੈ ਉਸ ਵੱਲੋਂ ਤੁਹਾਡੇ ਨੋਵਲ ਦੀਆਂ ਕਾਪੀਆਂ ਜ਼ਬਤ ਕੀਤੀਆਂ ਗਈਆਂ ਨੇ, ਅਤੇ ਤੁਸੀਂ ਖੁਦ ਟਵੀਟ ਕਰਕੇ ਕਿਹਾ ਸੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਕੋਲ ਹੋਰ ਬੜੇ ਵੱਡੇ ਵੱਡੇ ਕੰਮ ਹੋਣਗੇ, ਇੱਕ ਨੋਵਲ ਦੇ ਮਗਰ ਕਿਉਂ ਪੈ ਗਏ ਹੋ? ਕੀ ਤੁਹਾਨੂੰ ਇੰਝ ਪ੍ਰਤੀਤ ਹੁੰਦਾ ਕਿ 12 ਸਾਲ ਦੀ ਡੈਮੋਕ੍ਰੇਸੀ ਹੋਣ ਦੇ ਬਾਵਜੂਦ ਵੀ ਹੁਣ ਮੌਜੂਦਾ ਸਮੇਂ ਅਜੇ ਵੀ ਜਿਹੜਾ ਮਿਲਟਰੀ ਦਾ ਦਬਦਬਾ ਹੈ ਪੂਰੇ ਤੰਤਰ ਦੇ ਉੱਪਰ ਉਹ ਹਜੇ ਵੀ ਬੜਾ ਸਟਰੋਂਗ ਹੈ? ਹਾਂ ਜੀ, ਬਹੁਤ ਸਟਰੋਂਗ ਹੈ, ਮੈਨੂੰ ਪਤਾ ਸੀ ਕਿ ਸਟਰੋਂਗ ਹੈ, ਲੇਕਿਨ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਇੰਨਾ ਸਟਰੋਂਗ ਹੈ। ਉਹ ਵੀ ਸਾਡੇ ਭਰਾ ਹੈ, ਉਹ ਕਿਸੇ ਵਿਚੋਲੇ ਨੇ ਦੱਸਿਆ, ਮੈਂ ਕਿਹਾ ਭਾਈ ਜੀ ਕੀ ਮਸਲਾ ਹੋ ਗਿਆ ਕਿ ਕੀਤਾ, ਅਸੀਂ ਵੀ ਇੱਥੇ ਰਹਿੰਦੇ ਹਾਂ, ਇਸ ਮੁਲਕ ਨੂੰ ਇੰਨਾ ਹੀ ਪਿਆਰ ਕਰਦੇ ਹਾਂ, ਫੌਜ ਨੂੰ ਇੰਨਾ ਹੀ ਪਿਆਰ ਕਰਦੇ ਹਾਂ, ਬਲਕਿ ਮੇਰੀ ਕਿਤਾਬ ਨੂੰ ਕਿਸੇ ਗੋਰੇ ਨੇ ਉਹਦੇ ਤੇ ਰਿਵਿਊ ਲਿਖਿਆ ਸੀ, ਉਹਨੇ ਕਿਹਾ ਜੇ ਕਿਤਾਬ ਲੱਗਦੀ ਹੈ ਕਿ ਲਵ ਲੈਟਰ ਲਿਖਿਆ ਜਾਵੇ ਫੌਜ, ਜ਼ਾਹਿਰ ਬੰਦਾ ਜਿੱਥੇ ਰਿਹਾ ਹੋਵੇ ਜਿੱਥੇ ਰਹਿੰਦਾ ਹੋਵੇ ਉਹਦੇ ਨਾਲ ਠੀਕ ਹੈ ਨਾ, ਕੋਈ ਉਹ ਤੁਹਾਡੇ ਨਾਲ ਇਖਤਲਾਫ ਹੋ ਸਕਦਾ, ਤੁਹਾਡਾ ਉਹਦੇ ਨਾਲ ਕੀ ਹੋ ਸਕਦਾ ਕਿ ਇਹ ਗੱਲ ਠੀਕ ਨਹੀਂ ਹੈ, ਠੀਕ ਹੈ, ਤੇ ਇੰਝ ਤਾਂ ਨਹੀਂ ਹੋ ਸਕਦਾ ਕਿ ਬਈ ਅਸੀਂ ਜਿਹੜਾ ਹੈ ਨਾ ਇੱਕੋ ਦਮ ਕੋਈ ਬਾਗੀ ਬਣ ਜਾਈਏ ਜੀ। ਉਹ ਤੁਹਾਡੀ ਗੱਲ ਸਹੀ ਹੈ ਕਿ ਦਬਦਬਾ ਉਹਨਾਂ ਦਾ ਹਮੇਸ਼ਾ ਤੋਂ ਰਿਹਾ, ਵਿੱਚ ਕਦੀ ਕਦੀ ਲੱਗਦਾ ਹੈ ਕਿ ਥੋੜਾ ਜਿਹਾ ਪਿੱਛੇ ਚਲਾ ਗਿਆ, ਲੇਕਿਨ ਉਹ ਫਿਰ ਆ ਜਾਂਦਾ ਹੈ। ਔਰ ਸਾਡੇ ਭਰਾ ਨੇ ਉੱਤੋਂ ਮੈਂ ਪੁੱਛਿਆ ਸੀ ਕਿਸੇ ਨੂੰ ਕਿ ਕਿਉਂ ਕਿਉਂ ਇੱਕਦਮ ਤੁਹਾਨੂੰ 12 ਸਾਲ ਬਾਅਦ ਯਾਦ ਆਈ, ਤੇ ਉਹਨਾਂ ਨੇ ਕਿਹਾ ਕਿ ਵੀ ਉੱਤੋਂ ਆਰਡਰ ਆਏ ਸਨ, ਉਤਲਿਆਂ ਦੇ ਆਰਡਰ ਜਿਹੜੇ ਹੁੰਦੇ ਨੇ ਉਹਨਾਂ ਕੋਲ ਪੁੱਛ ਨਹੀਂ ਸਕਦਾ ਕਿ ਤੁਸੀਂ ਇਸ ਤਰ੍ਹਾਂ ਦੇ ਆਰਡਰ ਕਿਉਂ ਦਿੰਦੇ ਹੋ, ਤੇ ਆਰਡਰ ਤੇ ਆਰਡਰ ਹੀ ਹੁੰਦਾ, ਉਹ ਤੇ ਮੰਨਣਾ ਪੈਂਦਾ ਹਰ ਇੱਕ।
ਜੀ ਹੁਕਮ ਦੀ ਤਾਮੀਲ ਕਰਨੀ ਪੈਂਦੀ ਹੈ। ਅੱਛਾ ਹਨੀਫ ਸਾਹਿਬ, ਅੱਜ ਕੱਲ੍ਹ ਜੇ ਜਰਨਲਿਜ਼ਮ ਦੀ ਗੱਲ ਕਰੀਏ ਤਾਂ ਇੰਡੀਆ ਅਤੇ ਪਾਕਿਸਤਾਨ 'ਚ ਜਰਨਲਿਜ਼ਮ ਉੱਪਰ ਨੈਸ਼ਨਲਿਜ਼ਮ ਦਾ ਜਾਮਾ ਪਹਿਨਾਇਆ ਜਾ ਰਿਹਾ, ਹਕੂਮਤ ਨੂੰ ਸਵਾਲ ਕਰਨਾ ਮੁਲਕ ਦੇ ਹਿੱਤ ਦੇ ਖਿਲਾਫ ਸਵਾਲ ਵਜੋਂ ਦੇਖਿਆ ਜਾਣ ਲੱਗ ਪਿਆ। ਤੁਸੀਂ ਆਪਣੇ ਕਾਲਮ ਵਿੱਚ ਇਹ ਵੀ ਲਿਖਿਆ ਸੀ ਕਿ ਪ੍ਰਾਈਮ ਟਾਈਮ ਟੀਵੀ 'ਤੇ ਕੁਝ ਐਂਕਰਸ ਨੂੰ ਬਲੱਡ ਪ੍ਰੈਸ਼ਰ ਦਾ ਮਸਲਾ ਹੋਇਆ ਲੱਗਦਾ, ਇਹ ਖਬਰਾਂ 'ਚ ਸਨਸਨੀ ਦਾ ਮੋੜ ਕਦੋਂ ਅਤੇ ਕਿੱਥੋਂ ਆਇਆ ਜਦੋਂ ਤੁਸੀਂ ਹੁਣ ਪਿੱਛੇ ਮੁੜ ਕੇ ਵੇਖਦੇ ਹੋ, ਤੁਹਾਨੂੰ ਇਸ ਤਬਦੀਲੀ ਦਾ ਕੀ, ਇਸ ਦੀ ਵਜ੍ਹਾ ਕੀ ਨਜ਼ਰ ਆਉਂਦੀ ਹੈ? ਅਸੀਂ ਤੁਹਾਡੇ ਕੋਲੋਂ ਸਿੱਖਿਆ, ਇੰਡੀਆ ਟੀਵੀ ਪਹਿਲੇ ਚੈਨਲ ਚੱਲਦੇ ਸਨ, ਪਹਿਲੇ ਤੇ ਇੰਡੀਆ ਸ਼ੁਰੂ ਹੋਇਆ, ਬਾਅਦ ਪਾਕਿਸਤਾਨ ਸ਼ੁਰੂ ਹੋਇਆ। ਤੁਸੀਂ ਇੰਡੀਆ ਵਾਲੇ ਜਿਹੜੇ ਸਾਡੇ ਵੱਡੇ ਨੇ, ਉੱਥੇ ਕੰਮ ਪਹਿਲੇ ਸ਼ੁਰੂ ਹੋ ਜਾਂਦਾ, ਉਹਨਾਂ ਨੇ ਮੇਰਾ ਖਿਆਲ ਪਹਿਲੇ ਕੰਮ ਪਾਇਆ ਤੇ ਪਾਕਿਸਤਾਨੀਆਂ ਨੇ ਵੇਖ ਵੇਖ ਕੇ ਜਿਹੜੀ ਇਹ ਚੱਲਦਾ, ਆ ਕੇ ਬਹਿ ਜਾਓ ਤੇ ਚੀਕਾਂ ਮਾਰੋ ਤੇ ਲੋਕਾਂ ਨੂੰ ਗਾਲ ਮੰਦਾ ਕਰੋ ਤੇ ਕੋਈ ਲੌਜਿਕ ਦੀ ਗੱਲ ਜਿਹੜੀ ਹੈ ਉਹ ਨਾ ਹੋਣ ਦਿਓ। ਮੈਨੂੰ ਉਸ ਤੋਂ ਲੱਗਦਾ ਜੀ ਉਧਰੋਂ ਸਿੱਖਿਆ, ਕਮਰਸ਼ੀਅਲ ਮਾਡਲ ਹੈ, ਦੋਵੇਂ ਪਾਸੇ ਜਿਹੜੇ ਨੇ ਸੀਟ ਬੈਠੇ ਨੇ, ਉੱਥੇ ਤੁਹਾਡੇ ਵੱਡੇ ਸੀਟ ਨੇ, ਲੇਕਿਨ ਸਾਡੇ ਸੀਟ ਵੀ ਜਿਹੜੇ ਨੇ ਉਹ ਵੀ ਘੱਟ ਨੇ, ਹੋਣਗੇ ਸ਼ਾਇਦ ਛੋਟੇ, ਪੈਦਾ ਘੱਟ ਹੋਏਗਾ, ਲੇਕਿਨ ਉਹਨਾਂ ਦੀ ਜਿਹੜੀ ਹੈ ਨਾ ਉਹ ਰਾਤ ਬਰਾਦਰੀ ਕੋਈ ਹੈ, ਤੇ ਉਹਨਾਂ ਨੇ ਸਿੱਖਿਆ ਕਿ ਵੀ ਇਹ ਪੈਸਾ ਬਣਾਉਣ ਦਾ ਮੀਡੀਆ ਚੋਂ ਇਹ ਸਭ ਤੋਂ ਜ਼ਿਆਦਾ ਬਿਹਤਰ ਤਰੀਕਾ ਇਹ ਹੈ ਕਿ ਬਈ ਰੋਜ਼ ਬਹਿ ਕੇ ਲੋਕਾਂ ਨੂੰ ਕੋਈ ਬਜਾਏ ਇਸ ਤੇ ਕਿ ਉਹਨਾਂ ਨੂੰ ਖਬਰ ਦਿਓ, ਉਹ ਖਬਰ ਸਮਝਾਓ ਕਿ ਵੀ ਇਹ ਕਿਉਂ ਹੋਇਆ, ਜਾਂ ਇਹ ਦੱਸੋ ਕਿ ਵੀ ਇਸ ਤੋਂ ਪਹਿਲੇ ਕੀ ਹੋਇਆ ਸੀ। ਉਹ ਬਸ ਇੰਜ ਰੋਜ਼ ਉਹਨਾਂ ਨੇ ਕੰਮ ਕਰਨਾ ਹੁੰਦਾ ਕਿ ਵੀ ਕਿਆਮਤ ਅੱਜ ਆ ਕੇ ਰਹਿ ਗਈ, ਅੱਜ ਹੀ ਆਖਰੀ ਹਸ਼ਰ ਦਿਹਾੜਾ ਜਿਹੜਾ ਹੈ ਨਾ ਉਹ ਅੱਜ ਹੀ ਹੈ। ਇਹ ਮੇਰਾ ਇਹ ਮਾਡਲ ਬੜਾ ਗਲਤ ਹੈ, ਪਹਿਲੇ ਲੋਕ ਸਮਝਦੇ ਸਨ ਕਿ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਤੁਸੀਂ ਇੰਡੀਆ 'ਚ ਆਪ ਵੇਖਿਆ ਹੈ, ਮੈਂ ਫੋਟੋਆਂ ਵੇਖ ਵੇਖ ਕੇ ਮੇਰਾ ਦਿਲ ਜਿਹੜਾ ਹੈ ਉਹ ਕੰਮ ਗਿਆ ਹੈ, ਦਿੱਲੀ 'ਚ ਜੋ ਕੁਛ ਹੋਇਆ ਹੈ ਉਸ ਤੋਂ ਪਹਿਲੇ ਪਾਕਿਸਤਾਨ 'ਚ ਵੀ ਇਸ ਤਰ੍ਹਾਂ ਦੇ ਕਦੀ ਕਦੀ ਵਾਕਿਆ ਹੁੰਦੇ ਨੇ। ਇਸ ਦਿਨ ਸਾਡਾ ਖਿਆਲ ਸੀ ਕਿ ਇੰਡੀਆ ਜਿਹੜਾ ਹੈ ਉਹ ਠੰਡਾ ਠਾਰ ਮੁੜ ਕੇ ਇੱਥੇ ਪਾਕਿਸਤਾਨ ਦੇ ਬੜੇ ਸਾਡੇ ਭਰਾ ਕਹਿੰਦੇ ਸਨ ਕਿ ਇੰਡੀਆ ਵੱਲ ਦੇਖੋ, ਉੱਥੇ ਇੰਨੇ ਸਾਲਾਂ ਤੋਂ ਜਮਹੂਰੀਅਤ ਰਹੀ ਹੈ, ਪੜ੍ਹੇ ਲਿਖੇ ਲੋਕ ਨੇ, ਉੱਥੇ ਕੰਮ ਬਿਹਤਰ ਹੈ। ਲੇਕਿਨ ਮੇਰਾ ਖਿਆਲ ਹੈ ਕਿ ਉਹ ਟੀਵੀ ਨੇ ਉਹ ਕੰਮ ਬਹੁਤ ਪਿੱਛੇ ਕਿਤੇ ਲੈ ਗਿਆ। ਮੈਨੂੰ ਤੇ ਉਹਨਾਂ ਫੋਟੋਆਂ ਵੇਖਣਾ, ਮੈਨੂੰ ਮੇਰੀ ਮਾਂ ਜਿਹੜੀ ਕਹਾਣੀਆਂ ਪੋਲੀਟੀਸ਼ੀਅਨ ਦੇ ਜ਼ਮਾਨੇ ਦੀਆਂ ਦੱਸਦੀ ਸੀ ਉਹ ਮੈਨੂੰ ਉਹ ਯਾਦ ਆਉਂਦੀਆਂ ਨੇ, ਉਹ ਮੈਨੂੰ ਤੇ ਅੰਦਰੋਂ ਦਿਲ ਵਾਕਈ ਸੱਚੀ ਗੱਲ ਪੁੱਛੋ ਤੇ ਬੜਾ ਡਰਿਆ ਰਹਿੰਦਾ ਇੰਡੀਆ ਬਾਰੇ ਸੀ। ਤੁਸੀਂ ਹਨੀਫ ਸਾਹਿਬ ਹਾਲੇ ਵਿੱਚ ਆਪਣੇ ਕਾਲਮ 'ਚ ਲਿਖਿਆ ਸੀ ਥੱਪੜੋਂ ਕਾ ਮੌਸਮ, ਜਿਹੜਾ ਉਰਦੂ ਦੇ ਵਿੱਚ ਉਹ ਤੁਹਾਡਾ ਕਾਲਮ ਛਪਦਾ, ਤੇ ਸਾਡੇ ਕੁਲੀਗ ਨੇ ਜਵਾਬ ਸਿੱਧਗੀ ਜਿਨ੍ਹਾਂ ਨੇ ਕਿ ਉਸ ਦੇ ਬਾਰੇ ਮੈਨੂੰ ਦੱਸਿਆ, ਉਹਦੇ ਵਿੱਚ ਤੁਸੀਂ ਲਿਖਿਆ ਸੀ ਕਿ ਇੱਕ ਨੀਮ ਰਿਟਾਇਰਡ ਦਾਨਿਸ਼ਮੰਦ ਹੋ ਤੁਸੀਂ, ਪਰ ਜਦੋਂ ਤੁਸੀਂ ਆਪਣੇ ਆਪ ਨੂੰ ਭਾਵੇਂ ਸੈਮੀ ਰਿਟਾਇਰਡ ਹਲੇ ਮੰਨਦੇ ਹੋ, ਤੁਹਾਡੇ ਬਹੁਤ ਸਾਰੇ ਫੈਨਸ ਨੇ ਜਿਹੜੇ ਕਿ ਨਹੀਂ ਚਾਹੁੰਗੇ ਕਿ ਤੁਸੀਂ ਕਦੇ ਵੀ ਰਿਟਾਇਰ ਹੋਵੋ, ਪਰ ਹੁਣ ਜਦੋਂ ਤੁਸੀਂ ਆਪਣੇ ਆਪ ਨੂੰ ਸੈਮੀ ਰਿਟਾਇਰਡ ਮੰਨਦੇ ਹੋ, ਪਰ ਜਦੋਂ ਤੁਸੀਂ ਵੇਖਦੇ ਹੋ ਜਾਂ ਤੁਸੀਂ ਐਕਟਿਵਲੀ ਜਰਨਲਿਜ਼ਮ ਦੇ ਵਿੱਚ ਹਿੱਸਾ ਲੈ ਰਹੇ ਸੀ, ਇਹ ਟੀਵੀ ਜਰਨਲਿਜ਼ਮ ਦੀ ਗੱਲ ਤਾਂ ਅਸੀਂ ਕਰ ਲਈ ਹੈ, ਪਰ ਪ੍ਰਿੰਟ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਨੂੰ ਫਰਕ ਵੇਖਣ ਨੂੰ ਮਿਲਦਾ ਪਿਆ ਪਹਿਲਾਂ ਦੇ ਮੁਕਾਬਲੇ ਦੇ ਵਿੱਚ ਹੁਣ ਨਾਲੋਂ? ਦੇਖੋ ਪ੍ਰਿੰਟ ਤੇ ਆਹਿਸਤਾ ਆਹਿਸਤਾ, ਮੈਨੂੰ ਇੰਡੀਆ ਦਾ ਪਤਾ ਨੀ ਲੇਕਿਨ ਪਾਕਿਸਤਾਨ ਤੇ ਆਹਿਸਤਾ ਆਹਿਸਤਾ ਉਹ ਮਰ ਰਿਹਾ, ਠੀਕ ਹੈ ਨਾ। ਉਹ ਖਬਰ ਜਿਹੜੀ ਹੈ ਤੁਹਾਨੂੰ ਹੁਣ ਤੁਸੀਂ ਅਖਬਾਰ ਚੁੱਕ ਕੇ ਸਵੇਰੇ ਉਹਦੇ ਤੇ ਨੀ ਪੜ੍ਹਦੇ, ਉਹ ਖਬਰ ਅਖਬਾਰ ਤੇ ਪਿਛਲੇ ਦਿਨ ਦੀ ਖਬਰ ਦਿੰਦਾ, ਉਹ ਖਬਰ ਤੇ ਰਾਤ ਨੂੰ ਤੁਹਾਨੂੰ ਮਿਲ ਗਈ ਹੁੰਦੀ ਹੈ, ਔਰ ਤੁਹਾਨੂੰ ਟੀਵੀ ਵੀ ਨੀ ਦੇਖਦੇ ਲੋਕ, ਲੋਕਾਂ ਨੂੰ ਆਪਣੇ ਫੋਨ ਤੇ ਖਬਰ ਮਿਲ ਜਾਂਦੀ ਹੈ, ਫੇਸਬੁੱਕ ਤੇ ਟਵਿੱਟਰ ਤੇ ਹੋਰ ਜੋ ਕੁਛ ਯਾਬ ਹੈ ਉਹਦੇ ਤੇ ਮਿਲ ਜਾਂਦੀ ਹੈ। ਅਖਬਾਰ ਦਾ ਮਤਲਬ ਉਹ ਮਾਤਰ ਲੋਕ ਨੇ, ਹੁਣ ਪ੍ਰਿੰਟ ਜਿਹੜਾ ਉਹ ਸਭ ਤੋਂ ਮਾਤਰ ਜਿਹੜਾ ਹੈ ਮੀਡੀਅਮ ਉਹ ਹੈ, ਉਹ ਆਹਿਸਤਾ ਆਹਿਸਤਾ ਸ਼ਿਫਟ ਹੋ ਰਿਹਾ ਆਪਣਾ ਇਹਦੇ ਤੇ ਡਿਜੀਟਲ ਤੇ ਫੋਨਾਂ ਤੇ ਕੰਪਿਊਟਰਾਂ ਤੇ। ਮੇਰਾ ਖਿਆਲ ਜਿਹੜਾ ਜਿਹੜਾ ਠੀਕ ਤਰੀਕੇ ਨਾਲ ਹੋ ਜਾਏਗਾ ਸ਼ਿਫਟ ਉੱਥੇ ਜਲਦੀ, ਉਹਨਾਂ ਨੇ ਜੋ ਕੁਛ ਮਾਲ ਪਾਣੀ ਬਣਾਉਣਾ ਸਿੱਖ ਲਏਗਾ ਉਹ ਚੱਲਣਗੇ, ਬਾਕੀ ਤੇ ਮਤਲਬ ਹੁਣ ਜਿਹੜਾ ਮੇਰੇ ਘਰ ਵੀ ਅਖਬਾਰ ਆਉਂਦਾ, ਲੇਕਿਨ ਸੱਚੀ ਗੱਲ ਦੱਸਾਂ ਵੀ ਉਹ ਅਕਸਰ ਦੇਣਾ ਚੇਂਜ ਹੁੰਦਾ ਤੇ ਉਹ ਰਬੜ ਦਾ ਉਹਦੇ ਪਿਆ ਹੁੰਦਾ, ਬੈਨ ਤੇ ਉਂਝ ਹੀ ਪਿਆ ਹੁੰਦਾ, ਕਿਚਨ ਚ ਕੰਮ ਆਉਂਦਾ ਕਿ ਬੱਚੇ ਲਈ ਫਰੋਟ ਪਰੌਠਾ ਬਣਾਇਆ ਤੇ ਮਤਲਬ ਉਸ ਖਾ ਲਿਆ, ਚਿਪਸ ਬਣਾਇਆ ਤੇ ਉਹਦੇ ਵਿੱਚ ਖਾ ਲਿਆ, ਉਹਦਾ ਹੈ ਪ੍ਰਿੰਟ ਦੇ ਅਜੇ ਵੀ ਫਾਇਦੇ ਹੈ, ਲੇਕਿਨ ਉਹ ਖਬਰ ਜਿਹੜਾ ਹੈ ਬੁਨਿਆਦੀ ਕੰਮ ਸੀ ਮੇਰਾ ਖਿਆਲ ਉਹ ਖਤਮ ਹੋ ਗਿਆ। ਹਨੀਫ ਸਾਹਿਬ, ਪੰਜਾਬੀ ਜ਼ਬਾਨ ਬਾਰੇ ਤੁਹਾਡੇ ਨਾਲ ਜ਼ਰੂਰ ਗੱਲ ਕਰਨੀ ਚਾਹਾਂਗਾ, ਤੁਸੀਂ ਇਹਦੇ ਉੱਪਰ ਵੀ ਖੁੱਲ੍ਹ ਕੇ ਆਪਣੇ ਵਿਚਾਰ ਸਮੇਂ ਸਿਰ ਸ਼ੇਅਰ ਕਰਦੇ ਰਹਿੰਦੇ ਹੋ। ਤੁਸੀਂ ਹਾਲ ਹੀ ਵਿੱਚ ਆਪਣੇ ਇੱਕ ਵਲੋਗ 'ਚ ਕਿਹਾ ਸੀ ਕਿ ਅਸੀਂ ਪੰਜਾਬੀਆਂ ਨੇ ਆਪ ਪੰਜਾਬੀ ਨਾਲ ਕੋਈ ਬਹੁਤਾ ਵਧੀਆ ਸਲੂਕ ਨਹੀਂ ਕੀਤਾ,
ਜਦੋਂ ਅਸੀਂ ਚੜ੍ਹਦੇ ਪੰਜਾਬ ਵਾਲੀ ਸਿਚੁਏਸ਼ਨ ਵੇਖਦੇ ਹਾਂ ਨਾ, ਉੱਥੇ ਬਿਲਕੁਲ ਤੁਹਾਡੀ ਗੱਲ ਢੁੱਕਦੀ ਆ, ਦਿਖਦਾ ਉਸ ਦੀਆਂ ਮਿਸਾਲਾਂ ਦਿਖਾਈ ਦਿੰਦੀਆਂ ਨੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ। ਕੀ ਲੈਂਦੇ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦਾ ਚੈਲੰਜ ਆ, ਪੰਜਾਬੀ ਪੰਜਾਬੀ ਬੋਲ ਕੇ ਰਾਜ਼ੀ ਨੇ? ਨਹੀਂ, ਮੇਰਾ ਖਿਆਲ ਉੱਧਰ ਤੁਹਾਡੇ ਇੰਡੀਆ ਵਾਲੇ ਪਾਸੇ ਮੈਂ ਸੁਣਿਆ ਪੜ੍ਹਾਈ ਜਾਂਦੀ ਹੈ ਸਕੂਲਾਂ ਨੂੰ, ਲੋਕਾਂ ਦੀ ਐਡੀ ਕੋਈ ਮਤਲਬ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਲੋਕ ਬੋਲਣ ਵਾਸਤੇ। ਤੇ ਪਾਕਿਸਤਾਨ ਚ ਹੋਰ ਇੱਕ ਹੋਰ ਤਰ੍ਹਾਂ ਦਾ ਮਸਲਾ ਨਾ, ਅਸੀਂ ਵੀ ਆਪਣਾ ਸਾਰੇ ਘਰ ਚ ਪੰਜਾਬੀ ਬੋਲਦੇ ਸਨ ਮਾਂ ਪਿਓ, ਹੁਣ ਜਿਹੜੇ ਨੇ ਸਾਡੇ ਭੈਣਾਂ ਭਰਾ ਯਾਰ ਦੋਸਤ ਨੇ ਉਹਨਾਂ ਚੋਂ ਕੋਈ ਵੀ ਆਪਣਾ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਨਹੀਂ ਬੋਲਦਾ। ਦੂਸਰੀ ਵੱਡੀ ਗੱਲ ਇਹ ਹੈ ਕਿ ਜਿਹੜਾ ਵੀ ਬੱਚਾ ਸਕੂਲੇ ਜਾਂਦਾ ਉਹ ਪਹਿਲੀ ਸ਼ੈ ਜਿਹੜੀ ਉਹਨੂੰ ਸਿਖਾਈ ਜਾਂਦੀ ਹੈ ਵੀ ਪੰਜਾਬੀ ਚ ਕੋਈ ਜ਼ਬਾਨ ਨਹੀਂ, ਬੱਚਾ ਘਰੋਂ ਪੰਜਾਬੀ ਬੋਲਣ ਜਾਂਦਾ ਨਾ, ਸਾਡੇ ਬੱਚੇ ਨੂੰ ਕੁਛ ਪੰਜਾਬੀ ਨਹੀਂ ਹੁੰਦੀ, ਉਹਨੂੰ ਲਫ਼ਜ਼ ਆਉਂਦੇ ਨੇ ਘਰ ਦੀ ਨਿਸ਼ਾਨਾ ਮੁਗਜ ਹੈ, ਮੱਝ ਹੈ, ਗਾਂ ਹੈ, ਕੁਕੜੀ ਹੈ, ਠੀਕ ਹੈ ਨਾ, ਪਿਓ ਹੈ, ਮਾਂ ਹੈ। ਉਹਦੇ ਕੋਈ ਗਿਆ ਸਕੂਲੇ ਉਹਨੂੰ ਕਿਹਾ ਵੀ ਨਹੀਂ ਇਹ ਕੁਝ ਵੀ ਨਹੀਂ, ਜੋ ਜੋ ਤੂੰ ਸਿੱਖਿਆ ਤੇ ਬਿਲਕੁਲ ਗਲਤ ਸੀ, ਤੂੰ ਨਵੇਂ ਜ਼ੁਬਾਨ ਸਿੱਖੇ। ਤੇ ਜਿਹੜਾ ਜਿਹੜਾ ਬੱਚਾ ਸਕੂਲੇ ਜਾਂਦਾ ਹੈ ਉਹ ਪੰਜਾਬੀ ਤੋਂ ਫਾਰਗ ਹੁੰਦਾ ਜਾਂਦਾ, ਕਿਉਂਕਿ ਨਾ ਸਕੂਲੇ ਪੜ੍ਹਾਉਂਦੇ ਨੇ, ਮਾਂ ਬਾਪ ਬੋਲਦੇ ਨੇ। ਤੇ ਪੰਜਾਬੀ ਐਸਾ ਐਸਾ ਜਿਹੜੇ ਬੱਚੇ ਸਕੂਲ ਨਹੀਂ ਜਾਂਦੇ, ਪਾਕਿਸਤਾਨ ਬੜਾ ਬੱਚਾ ਹੈ, ਕਰੋੜ ਤੋਂ ਜ਼ਿਆਦਾ ਬੱਚਾ ਜਿਹੜਾ ਸਕੂਲ ਨਹੀਂ ਜਾਂਦਾ, ਉਹਨਾਂ ਨੇ ਜਿਹੜੇ ਪੰਜਾਬੀ ਨੇ ਜ਼ਾਹਿਰ ਹੈ ਉਹਨਾਂ ਨੂੰ ਉਰਦੂ ਦੀ ਕਿਤਾਬ ਨਹੀਂ ਪੜ੍ਹਾਈ ਗਈ, ਉਹ ਬੋਲ ਲੈਂਦੇ ਨੇ। ਤੇ ਬਾਕੀ ਉਹਦੇ ਚ ਲਿਖਣ ਪੜ੍ਹਨ ਦਾ ਕੰਮ ਜਿਹੜੇ ਨੇ ਬਹੁਤ ਪਿਆਰੇ ਕੱਢਣ ਯਾਰ ਨੇ ਪੰਜਾਬੀ ਪਿਆਰੇ, ਉਹ ਕਰਦੇ ਰਹਿੰਦੇ ਨੇ, ਨਾਵਲ ਵੀ ਲਿਖਦੇ ਨੇ, ਨਾਵਲ ਵੀ ਕਰਦੇ ਨੇ, ਮਤਲਬ ਅਖਬਾਰ ਕੱਢਣ ਦੀਆਂ ਵੀ ਕੋਸ਼ਿਸ਼ਾਂ ਹੁੰਦੀਆਂ ਨੇ। ਪਰ ਲੇਕਿਨ ਮੇਰੀ ਇੰਨੀ ਗੱਲ ਸਮਝ ਲਓ ਵੀ ਹੁਣ ਚੈਨਲ ਨੇ ਟੀਵੀ ਚੈਨਲ ਹਰ ਜ਼ਬਾਨ ਚ ਮਿਲਿਆ ਨੇ ਟੀਵੀ ਚੈਨਲ, ਠੀਕ ਹੈ, ਉਹਨੂੰ ਤੇ ਪਤਾ ਨੀ 50-60 ਨੇ, ਸਰਾਇਕੀ ਦੇ 5-6, ਹਿੰਦੀ ਦੇ ਨੇ 10-12, ਪੰਜਾਬੀ ਦਾ ਇੱਕ ਚੈਨਲ ਨਿਕਲਿਆ, ਉਹਦਾ ਕਦੀ ਕਦੀ ਲਾ ਕੇ ਵੇਖਣਾ ਕਿ ਉਹਦੇ ਲਈ ਨਾ ਉਹਦਾ ਪੰਜਾਬ ਹੈ, ਉਹਦੇ ਲਈ ਉਹ ਉਰਦੂ ਹੀ ਬੋਲਣ ਡਿਆ ਹੁੰਦਾ। ਤੁਹਾਨੂੰ ਉਹਦੇ ਤੋਂ ਅੰਦਾਜ਼ਾ ਹੋਣਾ ਚਾਹੀਦਾ ਕਿ ਪੰਜਾਬੀ ਦਾ ਕੋਈ ਜਿਹੜਾ ਨਾ ਕਮਰਸ਼ੀਅਲ, ਜਿਹਦੇ ਕੋਈ ਰੋਟੀ ਰੋਜੀ ਕਮਾਈ ਜਾ ਸਕੇ, ਜਾਂ ਇਹਦੇ ਕੋਲ ਇੱਜ਼ਤ ਬਣਾਈ ਜਾ ਸਕੇ, ਜਾਂ ਮੁਆਸ਼ਰੇ ਚ ਇਹ ਵੀ ਹੈ ਨਾ ਕੰਮ ਕੇ ਵੀ ਅੱਗੇ ਵਧੋ, ਠੀਕ ਹੈ ਨਾ, ਉਹ ਕੋਈ ਹੋ ਰਿਹਾ। ਬਾਕੀ ਲੋਕ ਪਿਆਰ ਮੁਹੱਬਤ ਨਾਲ ਕਰਦੇ ਨੇ, ਲੇਕਿਨ ਮੈਨੂੰ ਬੜਾ ਦੁੱਖ ਹੁੰਦਾ, ਲੇਕਿਨ ਮੈਂ ਕਦੀ ਬਹਿ ਕੇ ਸੋਚਣਾ ਆਪਣੇ ਦੋਸਤਾਂ ਨਾਲ ਗੱਲ ਕਰਨਾ, ਤੇ ਮੈਨੂੰ ਲੱਗਦਾ ਕਿ ਮਤਲਬ ਜਦੋਂ ਜਦੋਂ ਤਾਲੀਮ ਵਧੇਗੀ ਤੇ ਇਹ ਪੰਜਾਬੀ ਜ਼ਬਾਨ ਜਿਹੜੀ ਏ ਉਹ ਮਤਲਬ ਗਾਣਿਆਂ ਚ ਯਾਦ ਰਹੇਗੀ ਤੁਹਾਨੂੰ, ਠੀਕ ਹੈ ਨਾ, ਜਾਂ ਕੁਛ ਇਸ ਤਰ੍ਹਾਂ ਚ ਦੂਸਰੀਆਂ ਗੱਲਾਂ ਚ ਸ਼ਾਇਦ ਯਾਦ ਰਹਿ ਜਾਏ, ਲੇਕਿਨ ਅਗਲੀ ਜਿਹੜੀਆਂ ਦੋ ਅਗਲੀਆਂ ਪੀੜ੍ਹੀਆਂ ਆਉਣਗੀਆਂ ਉਹਨਾਂ ਨੇ ਬੋਲਣੀ ਸ਼ਾਇਦ ਭੁੱਲ ਜਾਣ ਸਾਡੇ ਪਾਸੇ, ਇੰਡੀਆ ਦੇ ਪਾਸੇ ਦਾ ਜੀ। ਇੱਧਰ ਵੀ ਕਿਉਂਕਿ ਇਸੇ ਤਰ੍ਹਾਂ ਦੇ ਚੈਲੰਜਸ ਉਹਨਾਂ ਬਾਰੇ ਅਕਸਰ ਜ਼ਿਕਰ ਹੁੰਦਾ ਰਹਿੰਦਾ, ਇਹ ਗੱਲ ਜ਼ਰੂਰ ਚੱਲਦੀ ਹੈ, ਕਹਿੰਦੇ ਵੀ ਪੰਜਾਬ ਵਾਲੇ ਪਾਸੇ, ਚੜ੍ਹਦੇ ਪੰਜਾਬ ਵਾਲੇ ਪਾਸੇ ਕਹਿੰਦੇ ਪੰਜਾਬੀ ਇਸ ਕਰਕੇ ਜ਼ਰੂਰ ਅਜੇ ਵੀ ਬਰਕਰਾਰ ਹੈ ਅਤੇ ਆਉਂਦੇ ਸਮੇਂ ਵਿੱਚ ਵੀ ਰਹੇਗੀ ਕਿਉਂਕਿ ਗੁਰਬਾਣੀ ਪੰਜਾਬੀ ਦੇ ਵਿੱਚ ਹੈ। ਪਰ ਇਸੇ ਤਰ੍ਹਾਂ ਬਹੁਤ ਸਾਰਾ ਅਜਿਹਾ ਸਾਹਿਤ ਹੈ ਜਿਹੜਾ ਪਾਕਿਸਤਾਨ ਵਾਲੇ ਪਾਸੇ ਵੀ, ਭਾਵੇਂ ਉਹ ਸ਼ਾਹਮੁਖੀ ਵਿੱਚ ਲਿਖਿਆ ਹੋਵੇ, ਲਿਪੀ ਉਹਦੀ ਸ਼ਾਹਮੁਖੀ ਹੋਵੇ, ਪਰ ਬਹੁਤ ਵਧੀਆ ਅਜਿਹਾ ਸਾਹਿਤ ਹੈ ਜਿਹੜਾ ਪੰਜਾਬੀ ਜ਼ਬਾਨ ਦੇ ਵਿੱਚ ਹੀ ਮੌਜੂਦ ਹੈ। ਅਤੇ ਕੀ ਉਹ ਇੱਕ ਆਧਾਰ ਨਹੀਂ ਬਣ ਸਕਦਾ, ਇੱਕ ਫਾਊਂਡੇਸ਼ਨ ਨਹੀਂ ਬਣ ਸਕਦੀ ਪੰਜਾਬੀ ਨੂੰ ਬਰਕਰਾਰ ਰੱਖਣ ਵਾਸਤੇ? ਕਿਉਂਕਿ ਜੇ ਬੰਗਾਲੀ ਆਪਸ ਦੇ ਵਿੱਚ ਗੱਲ ਕਰਨ ਉਹ ਬੰਗਾਲੀ ਬੋਲਣ ਤੋਂ ਗੁਰੇਜ਼ ਨਹੀਂ ਕਰਦੇ, ਸਿੰਧੀ ਨੂੰ ਸਿੰਧੀ ਬੋਲਣ ਤੋਂ ਗੁਰੇਜ਼ ਨਹੀਂ, ਗੁਜਰਾਤੀ ਨੂੰ ਗੁਜਰਾਤੀ ਬੋਲਣ ਤੋਂ ਗੁਰੇਜ਼ ਨਹੀਂ, ਇਹ ਪੰਜਾਬੀਆਂ ਨੂੰ ਹੀ ਆਪਸ 'ਚ ਪੰਜਾਬੀ ਬੋਲਣ ਤੋਂ ਗੁਰੇਜ਼ ਕਿਉਂ ਆ? ਮੈਂ ਕਿਹਾ ਸਰ ਚਾਰ ਲੋਕ ਬੈਠੇ ਹੋਣ ਨਾ ਪਠਾਨ, ਠੀਕ ਹੈ ਨਾ, ਵਾਪਸ ਅਗਰ ਉਰਦੂ ਚ ਗੱਲ ਕਰਨ ਲੱਗ ਪੈਣ ਤੇ ਕੋਈ ਉਹਨਾਂ ਨੂੰ ਕਹਿ ਦਿੰਦਾ ਕਿ ਕਿਸੇ ਦਾ ਦਿਮਾਗ ਖਰਾਬ ਹੋ ਗਿਆ, ਤੇ ਮੇਰੇ ਸਿੰਧੀ ਯਾਰ ਨੇ ਉਹਨਾਂ ਕੋਲ ਬੈਠੇ ਹੋਵਾਂ, ਠੀਕ ਹੈ, ਉਹ ਵੀ ਮਤਲਬ ਕੋਈ ਉਹਨਾਂ ਨੂੰ ਮਸਲਾ ਨੀ ਹੁੰਦਾ। ਇਹ ਪੁਰਾਣੇ ਸਾਡੇ ਸਰ ਮਸਲੇ ਨੇ, ਅਸੀਂ ਜ਼ੁਬਾਨ ਦੀ ਪੰਜਾਬੀਆਂ ਨੇ ਪਾਵਰ ਦਾ ਚੱਕਰ ਹੈ ਨਾ ਸਰ, ਅਸੀਂ ਕੁਰਬਾਨੀ ਜਿਹੜੀ ਹੈ ਜ਼ੁਬਾਨ ਜਿਹੜੀ ਹੈ, ਇੱਕ ਤਾਂ ਕੋਈ ਤਰੀਖੀ ਮਸਲੇ ਵੀ ਮੈਂ ਇਹਦਾ ਤਰੀਖ ਨੀ ਪੜਿਆ ਕਿ ਰਹੀ ਵੀ ਨੀ ਕਦੀ, ਠੀਕ ਹੈ ਨਾ, ਜਦੋਂ ਰਣਜੀਤ ਸਿੰਘ ਸੀ ਉਹਦੀ ਜਿਹੜੀ ਪੰਜਾਬ ਦੀ ਜ਼ੁਬਾਨ ਸੀ ਆਫੀਸ਼ਲ ਉਹ ਫਾਰਸੀ ਸੀ, ਪੰਜਾਬੀ ਤੋਂ ਕੋਈ ਨੀ ਸੀ, ਉਸ ਤੋਂ ਬਾਅਦ ਅੰਗਰੇਜ਼ ਆ ਗਿਆ, ਉਹਨਾਂ ਨੇ ਬਾਕੀਆਂ ਨੂੰ ਚਲਾਉਣ ਦੀ ਦਿੱਤੀ, ਠੀਕ ਹੈ ਨਾ, ਤੇ ਅਸੀਂ ਜਿਹੜਾ ਪਾਕਿਸਤਾਨ ਬਣਿਆ ਤੇ ਅਸੀਂ ਉਰਦੂ ਨੂੰ ਫੜ ਲਿਆ, ਅਸੀਂ ਉਹ ਆਪਣੇ ਬੰਗਾਲੀ ਭਰਾ ਸਨ ਉਹਨਾਂ ਨੂੰ ਵੀ ਕਿਹਾ ਕਿ ਬਈ ਤੁਸੀਂ ਉਰਦੂ ਬੋਲਿਆ ਕਰੋ, ਉਹਨਾਂ ਨੇ ਕਿਹਾ ਅਸੀਂ ਨੀ ਬੋਲਣੀ, ਤੁਸੀਂ ਦਫ਼ਾ ਹੋ ਜਾਓ, ਠੀਕ ਹੈ ਨਾ, ਅਸੀਂ ਆਪਣੀ ਜ਼ੁਬਾਨ ਬੋਲਣੀ ਉਹ ਅਜੇ ਵੀ ਕੁਛ ਨੀ, ਠੀਕ ਹੈ, ਮਤਲਬ ਕਿ ਸਾਡੇ ਸਾਰਿਆਂ ਤੋਂ ਹਿੰਦੁਸਤਾਨ ਪਾਕਿਸਤਾਨ ਤੋਂ ਜ਼ਿਆਦਾ ਜਿਹੜੇ ਨੇ ਸੌਖੇ ਨੇ, ਕੁਛ ਤਾਂ ਪਤਾ ਨੀ ਹੈ ਲੇਕਿਨ। ਤੇ
ਇਹ ਅਸੀਂ ਇੱਕ ਤਰੀਕੇ ਨਾਲ ਕਰਕੇ ਇੱਕ ਤਾਕਤ ਹਾਸਿਲ ਕੀਤੀ ਨਾ ਬਾਕੀਆਂ ਤੇ, ਉਰਦੂ ਅਸੀਂ ਲਾਗੂ ਕੀਤੀ, ਪੰਜਾਬੀਆਂ ਨੇ ਲਾਗੂ ਕੀਤੀ ਪਾਕਿਸਤਾਨ ਤੇ, ਤੇ ਉਹਦੇ ਨਾਲ ਸਾਨੂੰ ਇਹ ਫਾਇਦਾ ਹੋਇਆ ਕਿ ਪੰਜਾਬੀਆਂ ਕੋਲ ਹਿਸਟੋਰੀਕਲੀ ਪਾਕਿਸਤਾਨ ਤੇ ਤਾਕਤ ਵਿੱਚ ਵਾਧੀ ਦੀ ਵਜ੍ਹਾ ਤੋਂ, ਲੇਕਿਨ ਇੱਕ ਤਾਕਤ ਜਿਹੜੀ ਹੈ ਉਹ ਜ਼ਿਆਦਾ ਰਹੀ ਹੈ ਹੁਣ ਨਹੀਂ ਹੈ ਕਿ ਬਈ ਅਸੀਂ ਜਿਹੜਾ ਹੈ ਨਾ ਤੇ ਅਸੀਂ ਮੁਲਕ ਨੂੰ ਸਾਂਭੇ ਹੋਇਆ ਹੈ ਔਰ ਇਸ ਲਈ ਸਾਂਭੇ ਹੋਇਆ ਕਿ ਅਸੀਂ ਜਿਹੜਾ ਨਾ ਅਸੀਂ ਉਰਦੂ ਬੋਲ ਰਹੇ ਹਾਂ, ਦੇਖੋ ਅਸੀਂ ਮਤਲਬ ਅਸੀਂ ਹਾਂ ਉੱਥੇ ਕੋਈ ਇੱਥੇ ਹੈ ਨਹੀਂ ਜਿਹੜਾ ਉਰਦੂ ਬੋਲਦਾ, ਉਹ ਸਾਡੇ ਨਾਲ ਜਿਹੜਾ ਨਹੀਂ ਬੋਲਦਾ ਉਹ ਇਸੇ ਲਈ ਫੰਡੇ ਚੱਲਦੇ ਰਹਿੰਦੇ ਨੇ, ਬਲੋਚਾਂ ਨਾਲ ਫੰਡੇ ਚੱਲਦੇ ਰਹਿੰਦੇ ਨੇ, ਸਿੰਧੀਆਂ ਨਾਲ ਫੰਡੇ ਚੱਲਦੇ ਰਹਿੰਦੇ ਨੇ ਤੇ ਖੂਨਾਂ ਨਾਲ ਬਿਨਾਂ ਪੁਰਾਣੇ ਚੱਲਦੇ ਰਹਿੰਦੇ, ਉਹਦੇ ਚ ਹੈ ਇੱਕ ਵੱਡਾ ਮਸਲਾ ਹੈ ਜੀ। ਤੇ ਮੈਂ ਆਖਰੀ ਸਵਾਲ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਹਨੀਫ ਸਾਹਿਬ, ਵੀ ਕਰਤਾਰਪੁਰ ਲਾਂਘੇ ਜਿਹੇ ਜੋ ਇਨੀਸ਼ੀਏਟਿਵਸ ਹਨ ਇੰਡੀਆ ਤੇ ਪਾਕਿਸਤਾਨ ਦਰਮਿਆਨ ਅਮਨ ਸਥਾਪਿਤ ਕਰਨ ਅਤੇ ਬਰਕਰਾਰ ਰੱਖਣ ਵਾਸਤੇ ਕਿੰਨੇ ਅਹਿਮ ਨੇ? ਦੇਖੋ ਜੀ, ਇਸ ਤਰ੍ਹਾਂ ਦੇ ਬਹੁਤ ਸਾਰੇ ਮੌਕੇ ਹੈ ਤੇ ਤੁਸੀਂ ਲਿਖੀ ਹੋਣੀ ਇਹ ਗੱਲ ਕਿ ਇੰਡੀਆ ਪਾਕਿਸਤਾਨ ਵੈਸੇ ਜੰਗ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਹਮੇਸ਼ਾ, ਲੇਕਿਨ ਕਦੀ ਔਰ ਕਿਉਂਕਿ ਮਿਲਣ ਨਹੀਂ ਦਿੰਦੇ ਇੱਕ ਦੂਸਰੇ ਨੂੰ ਲੋਕਾਂ ਨੂੰ, ਲੇਕਿਨ ਜਦੋਂ ਵੀ ਕਦੀ ਮਿਲਦੇ ਨੇ ਕਦੀ ਕੋਈ ਪਾਕਿਸਤਾਨ ਇੰਡੀਆ ਜਾਂਦਾ ਆ ਕੇ ਪਤਾ ਹੀ ਨੀ ਚੱਲਣਾ ਪਹਿਲੀ ਗੱਲ ਜੀ, ਯਾਰ ਉਹ ਤੇ ਸਾਡੇ ਵਰਗੇ ਹੀ ਨੇ ਜੀ, ਤੁਸੀਂ ਉੱਥੇ ਕੀ ਸਮਝਿਆ ਸੀ ਉੱਥੇ ਜੰਗਲੀ ਜਾਨਵਰ ਰਹਿੰਦੇ ਨੇ, ਠੀਕ ਹੈ ਨਾ, ਉਹੀ ਤੁਹਾਡੀ ਜ਼ੁਬਾਨ ਬੋਲਦੇ ਨੇ, ਉਹੀ ਖਾਣੇ ਖਾਂਦੇ ਨੇ, ਠੀਕ ਹੈ ਨਾ, ਉਹੀ ਮਸਲੇ ਮਿਸਾਇਲ ਨੇ ਜਿਹੜੇ ਸਾਡੇ ਬਾਕੀ ਘਰਾਂ ਚ ਹੁੰਦੇ ਨੇ, ਇਸੇ ਤਰ੍ਹਾਂ ਕੋਈ ਇੰਡੀਅਨ ਪਾਕਿਸਤਾਨੀ ਹੁੰਦਾ, ਮਤਲਬ ਇੱਕ ਦਫ਼ਾ ਲਾਹੌਰ ਚ ਇੱਕ ਸਿੱਖ ਮੁੰਡਾ ਟ੍ਰੈਫਿਕ ਦੇ ਮਹਿਕਮੇ ਚ ਭਰਤੀ, ਠੀਕ ਹੈ ਨਾ, ਉਹ ਹੁਣ ਖਲੋਤਾ ਹੈ ਉਹਦੇ ਉੱਤੇ ਟ੍ਰੈਫਿਕ ਕੰਟਰੋਲ ਕਰਨ ਜੀ, ਗੱਡੀਆਂ ਵਾਲੇ ਆ ਕੇ ਰੋਕ ਜਾ ਰਹੇ ਨੇ ਸਿਰਫ ਉਹਨੂੰ ਵੇਖਣ ਲਈ, ਐਕਸੀਡੈਂਟ ਹੋਇਆ ਕਾਫੀ ਸਾਰੇ ਜੀ, ਤੇ ਜਿਹੜਾ ਵੀ ਹੁੰਦਾ ਭਰਾ ਉਧਰੋਂ ਉਹੀ ਦੱਸਦਾ ਕਿ ਵੀ ਉੱਥੇ ਸਾਡੀ ਐਡੀ ਸੇਵਾ ਕੀਤੀ ਲੋਕਾਂ ਨੇ, ਐਡੇ ਪਿਆਰ ਨਾਲ ਮਿਲੇ ਤੇ ਮਤਲਬ ਸਾਨੂੰ ਤੇ ਪਤਾ ਹੀ ਨੀ ਲੱਗਾ ਸੀ, ਲੇਕਿਨ ਮਸਲਾ ਇਹ ਹੀ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਨਹੀਂ ਦਿੰਦੇ, ਇਹ ਦੋਵਾਂ ਹਕੂਮਤਾਂ ਦੀ ਪੁਰਾਣੀ ਮਤਲਬ ਕੋਸ਼ਿਸ਼ ਰਹੀ ਹੈ, ਪਹਿਲੇ ਇਧਰੋਂ ਜ਼ਿਆਦਾ ਹੁੰਦੀ ਸੀ ਮੇਰਾ ਖਿਆਲ, ਹੁਣ ਉਧਰੋਂ ਜ਼ਿਆਦਾ, ਵੀ ਅਗਰ ਲੋਕੀ ਆਪਸ ਚ ਮਿਲਦਾ ਹੈ ਨਾ ਇਹਨਾਂ ਨੂੰ ਪਤਾ ਲੱਗ ਗਿਆ ਤੇ ਵੀ ਅਸੀਂ ਕੋਈ ਐਡੇ ਵੱਖਰੇ ਨਹੀਂ ਹੈਗੇ, ਠੀਕ ਹੈ ਨਾ, ਗੱਲਬਾਤ ਵੀ ਸਮਝ ਆਉਂਦੀ ਹੈ, ਰੋਟੀ ਪਾਣੀ ਵੀ ਉਹੀ ਹੈ, ਗਾਣੇ ਵੀ ਉਹੀ ਸੁਣਨੇ ਆ, ਠੀਕ ਹੈ ਨਾ ਜੀ, ਤੇ ਬਾਕੀ ਜਿਹੜੇ ਭੈਣ ਨੇ ਸਾਡੇ ਉਹ ਵੀ ਉਹੀ ਨੇ, ਮਤਲਬ ਇਹ ਵੀ ਹੈ ਕਾਮਨ ਸ਼ਾਇਦ, ਜਿਹੜੇ ਉੱਥੇ ਭੈਣ ਨੇ ਉਹ ਇੱਥੇ ਵੀ ਹੈ ਨੇ, ਠੀਕ ਹੈ ਜੀ, ਉਹ ਮੇਰਾ ਖਿਆਲ ਉਹ ਇੱਕ ਬੜੀ ਕੋਸ਼ਿਸ਼ ਹੈ ਕਿ ਦੋਵਾਂ ਮੁਲਕਾਂ ਨੂੰ ਹਮੇਸ਼ਾ ਇਸ ਤੇ ਰੱਖਿਆ ਜਾਏ ਕਿ ਵੀ ਅਸੀਂ ਹੁਣੇ ਤਬਾਹ ਕਰਨ ਵਾਲੇ, ਪਾਰਟੀਸ਼ਨ ਦਾ ਤੁਹਾਨੂੰ ਜ਼ਮਾਨਾ ਯਾਦ ਹੋਏਗਾ ਜੀ, ਮੈਂ ਵੱਡਿਆਂ ਕੋਲ ਹੀ ਸੁਣਿਆ ਉਦੋਂ ਸਾਡੇ ਕੋਲ ਕੋਈ ਬੰਦੂਕਾਂ ਬੰਬ ਕਲਾਸ਼ਨ ਕੋਫਾਂ ਤੇ ਨਹੀਂ ਹੁੰਦੇ ਸਨ ਜ਼ਿਆਦਾ, ਅਸੀਂ ਜਿਹੜਾ ਵੀ 1.5-2 ਮਿਲੀਅਨ ਬੰਦਾ ਮਾਰਿਆ ਹੀ ਮਾਰਿਆ ਨਾ, ਤੇ ਦੋਵਾਂ ਪਾਸੋਂ ਮਾਰਿਆ ਗਿਆ, ਤੇ ਉਹ ਜਿਹੜੀ ਹੈ ਨਾ ਉਹ ਜਿਹੜਾ ਪਾਗਲਪਨ ਸੀ, ਲੋਕ ਇਹ ਨੀ ਚਾਹੁੰਦੇ ਕਿ ਉਸ ਤੋਂ ਅਸੀਂ ਕਦੀ ਨਿਕਲੀਏ, ਮਤਲਬ ਹੁਣ ਵੀ ਜਿਹੜੀ ਗੁਫ਼ਤਗੂ ਇੰਡੀਆ ਚ ਹੋ ਰਹੀ ਹੈ ਹਰ ਗੱਲ ਮਸਲਾ ਘਰ ਚ ਹੁੰਦਾ, ਉਹ ਕਹਿੰਦੇ ਨੇ ਨਹੀਂ ਪਾਕਿਸਤਾਨ ਜਾ ਕੇ ਚੜਾਈ ਕਰੋ, ਲੋਕੀ ਸਾਰੇ ਭੁੱਲ ਕੇ ਇਹਦੇ ਦੁਆਲੇ ਹੋ ਜਾਂਦੇ, ਪਾਕਿਸਤਾਨ ਚ ਨਹੀਂ ਹੁੰਦਾ ਮਸਲਾ ਕੋਈ ਹੋਵੇ, ਉਹ ਕਹਿੰਦੇ ਨੇ ਉਹ ਇੱਧਰ ਵੇਖੋ ਇੰਡੀਆ ਨੇ ਸਾਨੂੰ ਜੀ, ਮੇਰਾ ਕਹਿੰਦੇ ਦੋਵੇਂ ਪਾਸੇ ਇਹ ਜਿੰਨੇ ਵੀ ਪਾਵਰਫੁਲ ਲੋਕ ਨੇ ਉਹਨਾਂ ਚ ਮੈਂ ਸਿਰਫ ਪੋਲੀਟੀਸ਼ੀਅਨ ਔਰ ਜਨਰਲ ਇਹਨਾਂ ਨੂੰ ਨੀ ਕਹਿੰਦਾ, ਸਾਡੇ ਜਿਹੜੇ ਵੱਡੇ ਸੇਠ ਨੇ ਉਹਨਾਂ ਦਾ ਵੀ ਇਹਦੇ ਚ ਬੜਾ ਫਾਇਦਾ ਕਿ ਬਈ ਇਹ ਜਿਹੜੀ ਹੈ ਨਾ ਲੜਾਈ ਜਾਰੀ ਰਵੇ, ਤੇ ਜਦੋਂ ਤੱਕ ਇਹਦਾ ਕੋਈ ਤੁਸੀਂ ਉਪਾਅ ਨੀ ਕਰਦੇ ਨਾ, ਲੋਕੀ ਥੋੜੇ ਠੰਡੇ ਹੋ ਕੇ ਇੱਕ ਦੂਸਰੇ ਨੂੰ ਮਿਲਣ ਲੱਗਣ, ਠੀਕ ਹੈ ਨਾ, ਇੱਕ ਦੂਸਰੇ ਕੋਲੋਂ ਟਮਾਟਰ ਪਿਆਜ਼ ਖਰੀਦਣ ਲੱਗਣ, ਠੀਕ ਹੈ ਨਾ, ਜਾਣਾ ਸ਼ੁਰੂ ਕਰਨ ਕੇ ਵੀ ਚਲੋ ਠੀਕ ਹੈ, ਅਗਰ ਮੇਰਾ ਮੁੰਡਾ ਮੈਂ ਅਫੋਰਡ ਨੀ ਕਰ ਸਕਦਾ ਜੇ ਉਹਨਾਂ ਕਿਤੇ ਕੈਨੇਡਾ ਭੇਜਣਾ ਤੁਹਾਡੇ ਕੋਲ ਪੜ੍ਹਨ ਲਈ, ਮੈਂ ਚਲੋ ਇੰਡੀਆ ਭੇਜਦਾ ਉੱਥੇ ਵੀ ਬੜੇ ਅੱਛੇ ਸਕੂਲ ਨੇ, ਜਾਂ ਇੱਥੇ ਕੋਈ ਬੰਦਾ ਬਿਮਾਰ ਹੈ ਪਹਿਲੇ ਹੁੰਦਾ ਸੀ ਮੇਰੇ ਖਿਆਲ, ਉਹ ਵੀ ਰੋਕ ਛੱਡਿਆ ਨੇ, ਉਹਨੂੰ ਕ੍ਰਿਟੀਕਲ ਮਤਲਬ ਜਾਨ ਉਹਦੀ ਬਚਾਈ ਜਾ ਸਕਦੀ ਹੈ ਅਗਰ ਉਹ ਇੱਥੋਂ 1.5 ਘੰਟੇ ਦੀ ਫਲਾਈਟ ਲੈ ਕੇ ਇੰਡੀਆ ਚ ਜਾ ਕੇ ਇਲਾਜ ਕਰਾ ਲੈ, ਤੇ ਮੇਰਾ ਖਿਆਲ ਲੋਕੀ ਆਪੇ ਹੀ ਸਮਝਣ ਲੱਗ ਪੈਣਗੇ ਕਿ ਬਈ ਏਡਾ ਜਿਹੜਾ ਮਸਲਾ ਅਸੀਂ ਬਣਾਇਆ ਮਾਰਦੇ ਨੀ ਦਿੰਦਾ, ਠੀਕ ਹੈ, ਦੋ ਦਿਨ ਗੱਲ ਨੀ ਕੀਤੀ, ਚੌਥੇ ਦਿਨ ਲੂਣ ਮੰਗ ਲਿਆ,
ਫਿਰ ਕੋਈ ਬੱਚਾ ਹੋ ਗਿਆ ਮੁਬਾਰਕਬਾਦ ਦੇਣ ਚਲੇ ਗਏ, ਫਿਰ ਕੋਈ ਵਿਆਹ ਤੇ ਚਲੇ ਗਏ, ਜਨਾਜ਼ੇ ਤੇ ਜਾਣਾ ਹੀ ਪੈਂਦਾ ਜੀ। ਓਡਾ ਦੀ ਮਤਲਬ ਅਸੀਂ ਕਰ ਲਈਏ ਕਿ ਬਈ ਠੀਕ ਹੈ ਗੁਆਂਢੀ ਹੈ, ਕੋਈ ਏਡਾ ਪਿਆਰਾ ਗੁਆਂਢੀ ਨਹੀਂ ਹੈ ਮਤਲਬ, ਲੇਕਿਨ ਇਹ ਹੈ ਕਿ ਇਹਨਾਂ ਨੂੰ ਤੇ ਭੇਜ ਤੇ ਨੀ ਸਕਦੇ ਤੁਸੀਂ ਜੀ, ਓਨਾ ਹੀ ਮਤਲਬ ਅਸੀਂ ਕਰ ਲਿਆ ਕਿਸੇ। ਇਹ ਮੇਰੀ ਗੁਜ਼ਾਰਿਸ਼ ਹੈ। ਬਹੁਤ ਬਹੁਤ ਧੰਨਵਾਦ ਹਨੀਫ ਸਾਹਿਬ, ਦਿਲ ਤੇ ਕਰਦਾ ਤੁਹਾਡੇ ਨਾਲ ਹੋਰ ਗੱਲਾਂ ਕਰੀ ਜਾਈਏ, ਪਰ ਸਮਾਂ ਹੁਣ ਹੋਰ ਇਜਾਜ਼ਤ ਨਹੀਂ ਦਿੰਦਾ। ਪਰ ਮੈਨੂੰ ਉਮੀਦ ਹੈ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਫੇਰ ਤੁਹਾਡੇ ਨਾਲ ਕਦੇ ਕਨੈਕਟ ਕਰਕੇ ਹੋਰ ਗੱਲਾਂ ਬਾਤਾਂ ਸਾਂਝੀਆਂ ਕਰ ਸਕਾਂਗੇ। ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਜੀ, ਖੁਦਾ ਹਾਫਿਜ਼।